ਨਮਸਕਾਰ। ਮੇਰਾ ਨਾਮ ਅਮਨਦੀਪ ਕੌਰ ਹੈ। ਕਿਹੜੀ ਜਗ੍ਹਾ ਹੈ? ਮੈਂ ਇੱਥੇ ਸੰਗਰਾਲ ਹੀ ਰਹਿੰਦੀ ਸੀ, ਮੁਹੱਲਾ ਕਿਹੜਾ ਦੁਰਲੱਭ ਨਗਰ 'ਚ। ਤੇ ਕੀ ਹੋਇਆ ਜੀ ਇੱਥੇ? ਐਕਚੁਅਲੀ ਮੈਂ ਆਪਣੇ ਪੇਕੇ ਗਈ ਹੋਈ ਹੈਗੀ ਸੀ, ਤਾਂ ਮੈਨੂੰ ਕਾਲ ਆਈ ਸਾਹਮਣੇ ਸਾਡੇ ਨੇਬਰ ਸੀ ਕਿ ਤੁਹਾਡੇ ਘਰ ਇਸ ਤਰ੍ਹਾਂ ਕੋਈ ਦੋ ਬੰਦੇ ਆ ਗਏ ਨੇ, ਔਰ ਉਹਨਾਂ ਨੇ ਆ ਕੇ ਤੁਹਾਡੀ ਮੰਮੀ ਦਾ ਫੇਸ ਵਗੈਰਾ ਸਾਰਾ ਬੰਨਿਆ ਹੋਇਆ, ਤੇ ਉਹ ਕਾਫੀ ਕੌਨਸ਼ੀਅਸ ਹੈਗੇ ਨੇ, ਵੀ ਬਹੁਤ ਡਰ ਗਏ ਨੇ। ਔਰ ਮੈਂ ਤਾਂ ਫਿਰ ਉਸੇ ਟਾਈਮ ਜਦੋਂ ਘਰ ਆਈ ਤਾਂ ਮੈਨੂੰ ਸਾਰਾ ਕੁਝ ਪਤਾ ਚੱਲਿਆ ਕਿ ਕਿਸੇ ਨੇ ਕਿਹਾ ਕਿ ਅਸੀਂ ਪਲੰਬਰ ਹੈਗੇ ਆ ਤੇ ਅਸੀਂ ਠੀਕ ਕਰਨ ਆਏ ਆ ਟੈਪਸ ਤੁਹਾਡੀਆਂ। ਤਾਂ ਮੰਮਾ ਨੇ ਕਿਹਾ ਵੀ ਹਾਂਜੀ ਸਾਡੀਆਂ ਖਰਾਬ ਹੈਗੀਆਂ ਨੇ, ਤੁਸੀਂ ਆ ਜਾਓ। ਤਾਂ ਉਹ ਦੁਬਾਰਾ ਸ਼ੋਪ ਤੇ ਚਲੇ ਗਏ ਨੇ, ਸ਼ੋਪ ਤੇ ਜਾ ਕੇ ਜਦੋਂ ਮੰਮੀ ਕਹਿੰਦੇ ਉੱਥੇ ਨਹੀਂ ਪਹੁੰਚੇ ਤਾਂ ਉਹ ਕਹਿੰਦੇ ਅਸੀਂ ਸਮਾਨ ਲੈ ਕੇ ਆ ਰਹੇ ਹਾਂ। ਦੁਬਾਰਾ ਘਰ ਆਏ ਤਾਂ ਆ ਕੇ ਮੇਰੀਆਂ ਟੀ ਸ਼ਰਟਸ ਹੈਗੀਆਂ ਸੀ ਵਾਸ਼ਰੂਮ 'ਚ, ਤਾਂ ਉਹਨਾਂ ਨੇ ਸਾਰੀਆਂ ਟੀ ਸ਼ਰਟਸ ਲਈਆਂ, ਮੰਮਾ ਦੇ ਦੋ ਤਿੰਨ ਫੇਸ ਨੂੰ ਕਵਰ ਕਰਤਾ ਔਰ ਹੈਂਡ ਨੂੰ ਮੰਮਾ ਦੇ ਟਾਈ ਕਰਕੇ ਰੱਖਿਆ। ਤੇ ਫਿਰ ਉਹ ਕਹਿੰਦੇ ਵੀ ਜੇ ਤੂੰ ਰੌਲਾ ਪਾਇਆ ਤਾਂ ਤੈਨੂੰ ਮਾਰ ਦਾਂਗੇ। ਹਾਂ, ਫਿਰ ਮੰਮਾ ਦੇ ਦੋਨੋਂ ਪਾਸੇ ਬਾਰੀਆਂ ਉਤਾਰ ਲਈਆਂ ਉਹਨਾਂ ਨੇ, ਔਰ ਮੇਰੀ ਕਬਰ ਦੇ ਵਿੱਚ ਗਏ, ਜਿੱਥੋਂ ਤੱਕ ਸਾਨੂੰ ਲੱਗ ਰਿਹਾ ਵੀ ਕੋਈ ਜਾਣ ਪਛਾਣ ਵਾਲੇ ਹੈਗੇ ਸੀ, ਜਿਨ੍ਹਾਂ ਨੇ ਕਿਸੇ ਹੋਰ ਕਮਰੇ ਦੇ ਵਿੱਚ ਕੁਝ ਨਹੀਂ ਦੇਖਿਆ, ਸਿਰਫ ਮੇਰੇ ਰੂਮ ਦੇ ਵਿੱਚ ਗਏ ਨੇ, ਔਰ ਉੱਪਰ ਜਿੱਥੇ ਪਰਸ ਪਏ ਹੁੰਦੇ ਆ ਮੇਰੇ, ਮੋਸਟਲੀ ਮੇਰਾ ਔਰ ਮੰਮੀ ਦਾ ਸਮਾਨ ਮੇਰੀ ਕਬਰ 'ਚ ਹੁੰਦਾ ਹੈ। ਉਹੀ ਕਬਰ ਦੇ ਵਿੱਚ ਮੇਰੇ ਸਾਰੇ ਪਰਸ ਦੇ ਵਿੱਚ ਜਿੰਨਾ ਕੈਸ਼ ਹੈਗਾ ਸੀ ਉਹ ਸਾਰਾ ਲੈ ਗਏ ਨੇ। ਮਿਸਿੰਗ ਮੰਮਾ ਦੀਆਂ ਬਾਲੀਆਂ ਨੇ, ਤੇ ਇੱਕ ਮੇਰੀ ਰਿੰਗ ਹੈਗੀ ਸੀ ਜੋ ਕਿ ਮੈਂ ਪਰਸ ਦੇ ਵਿੱਚ ਹੀ ਰੱਖੀ ਹੋਈ ਸੀ, ਇੱਕ ਕੈਸ਼ ਮੇਰਾ ਪੂਰਾ, ਮਤਲਬ ਇੱਕ ਪਰਸ ਪੂਰਾ ਫੁੱਲ ਸੀਗਾ, ਉਹਦੀ ਜ਼ਿਪ ਵੀ ਤੋੜ ਗਏ ਨੇ, ਤੇ ਉਹਦੇ ਵਿੱਚ ਨੀਅਰ ਅਬਾਊਟ ਮੈਂ ਹਰ ਪਰਸ ਦੇ ਵਿੱਚ 1000 to 2000 ਰੱਖਦੀ ਸੀਗੀ। ਹਰ ਪਰਸ ਦੀ ਜ਼ਿਪ ਦੇ ਵਿੱਚ ਮੇਰਾ ਹੁੰਦੇ ਸੀਗੇ ਪੈਸੇ, ਵੀ ਕਈ ਕਿਸੇ ਟਾਈਮ ਵੀ ਕੈਸ਼ ਦੀ ਲੋੜ ਪੈ ਸਕਦੀ ਆ। ਬਟ ਜਿਹੜਾ ਮੇਰਾ ਪਿੰਕ ਕਲਰ ਵਾਲਾ ਪਰਸ ਸੀ ਉਹ ਪੂਰਾ ਫਿੱਲ ਸੀਗਾ, ਔਰ ਉਹ ਪੂਰਾ ਖਾਲੀ ਆ ਹੁਣ। ਐਕਚੁਅਲੀ ਹਸਬੈਂਡ ਨੇ 1 week ਪਹਿਲਾਂ ਕੀਤੀ ਸੀ, ਮੈਂ ਇੱਥੇ ਹੈ ਨਹੀਂ ਸੀ, ਮੈਂ ਆਪਣੇ ਪੇਕੇ ਗਈ ਹੋਈ ਸੀ। ਮੰਮਾ ਕਹਿੰਦੇ ਸੀ ਕਿ ਟੈਪ ਦੀ ਪ੍ਰੋਬਲਮ ਹੈਗੀ ਆ, ਤਾਂ ਉਹਨਾਂ ਨੇ ਪਲੰਬਰ ਨੂੰ ਕਾਲ ਕੀਤੀ ਹੋਈ ਸੀਗੀ। ਹਾਂਜੀ, ਇੱਕ ਹਫ਼ਤਾ ਪਹਿਲਾਂ ਕੀਤੀ ਹੋਈ ਸੀ, ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹ ਵੀ ਠੀਕ ਕਰਨ ਆਏ ਹੈਗੇ ਨੇ। ਕਮਲੇਸ਼ ਕੌਰ ਹੈ, ਦਲਾਵ ਨਗਰ। ਮੈਂ ਜੀ ਕਮਰੇ 'ਚ ਬੈਠੀ ਪਾਠ ਕਰਦੀ ਸੀ, ਮੈਨੂੰ ਨੀਚੇ ਆਵਾਜ਼ ਦਰਵਾਜ਼ੇ ਦੀ ਸੁਣੀ, ਦਰਵਾਜ਼ਾ ਕਿਸੇ ਨੇ ਖੋਲਿਆ, ਉੱਪਰ ਚੜਿਆ ਮੈਂ ਪਾਠ ਬੂਟਾ ਕੁੰਡੀ ਦੇ ਵਿੱਚ ਆ ਕੇ ਖੜ ਗਈ। ਮੈਂ ਕਿਹਾ ਦੇਖਾਂ ਕੌਣ ਸੀ ਇਹ ਕੁੰਡਾ ਖੋਲ ਭੜਕਾਇਆ ਸਾਡਾ, ਖੋਲਿਆ ਮਤਲਬ ਮੈਂ ਦੇਖਿਆ ਤਾਂ ਮੈਨੂੰ ਕਹਿੰਦਾ ਜੀ ਛੰਟੀਆ ਘਰ ਹੈ, ਮੈਂ ਕੁੰਡਾ ਨੀ ਖੋਲਿਆ ਹਾਲੇ ਆਹ ਉੱਪਰਲਾ। ਮੈਂ ਕਿਹਾ ਜੀ ਛੰਟੀਆ ਘਰ ਤਾਂ ਇਹ ਹੈ ਜੀ, ਕਹਿੰਦੇ ਸਾਨੂੰ ਟੂਟੀਆਂ ਨੂੰ ਕਿਹਾ ਹੋਇਆ ਸੀ ਕਈ ਦਿਨਾਂ ਦਾ। ਮੈਂ ਕਿਹਾ ਚੱਲ ਕੋਈ ਗੱਲ ਨੀ, ਮੈਂ ਕਿਹਾ ਜੀ ਸਾਡੀਆਂ ਟੂਟੀਆਂ ਖਰਾਬ ਸੀ। ਫਿਰ ਮੇਰੇ ਨਾਲ ਬਾਥਰੂਮ 'ਚ ਗਏ ਨੇ, ਟੂਟੀਆਂ ਉਹਨੇ ਚੈੱਕ ਕੀਤੀਆਂ, ਕਹਿੰਦੇ ਜੀ ਟੂਟੀ ਖਰਾਬ ਹੈ, ਨਵੀਂ ਪਊਗੀ ਥੋੜ੍ਹੀ। ਚਲੋ ਕਹਿੰਦੇ ਆਂਟੀ ਅਸੀਂ ਐਂ ਕਰਦੇ ਹਾਂ ਭਰਾ ਦੀ ਵੀਰੇ ਦੀ ਦੁਕਾਨ 'ਤੇ ਜਾ ਕੇ ਆਉਂਦੇ, ਮੈਂ ਜਾਇਆ ਕੋਈ ਗੱਲ। ਮੈਂ ਫਿਰ ਪਾਠ ਲਾਗੀ ਕਰਨ, ਪਾਠ ਕੀਤਾ, ਆਉਂਦੀ ਸਾਰੇ ਜਦੋਂ ਆਏ ਦੁਕਾਨ 'ਤੇ ਤਾਂ ਪਹੁੰਚੀ ਨਹੀਂ, ਦੁਕਾਨ 'ਤੇ ਨਹੀਂ ਪਹੁੰਚੀ, ਉਹ ਨਹੀਂ ਪੈਰੀ ਘਰ ਆ ਗਏ ਜੀ। ਘਰ ਆ ਕੇ ਮੈਨੂੰ ਉਹਨੇ ਕੋਈ ਟੂਟੀ ਨਹੀਂ ਦੇਖੀ, ਕੁਛ ਨਹੀਂ ਦੇਖੀ, ਗੁੱਡੀ ਦੀਆਂ ਟੀ ਸ਼ਰਟਾਂ ਲੰਕਦੀਆਂ ਸੀ ਦਰਵਾਜੇ ਪਿੱਛੇ, ਉਹੀ ਚਾਰੇ ਪੰਜੇ ਚੁੱਕੇ ਆ ਕੇ ਦੋ ਮੇਰੇ ਬਾਹਾਂ ਨੂੰ ਬੰਨਤੀਆਂ, ਦੋ ਤਿੰਨ ਮੇਰੇ ਮੂੰਹ ਨੂੰ ਬੰਨਤੀਆਂ। ਮੈਨੂੰ ਕਹਿੰਦੇ ਬੋਲਣਾ ਨੀ, ਜੇ ਬੋਲੀ ਤੂੰ ਜਦੇ ਅਸੀਂ ਤੈਨੂੰ ਮਾਰ ਦੇਣਾ। ਫਿਰ ਜਿਹੜੇ ਮੇਰੇ ਕੰਨਾਂ ਦੋਨਾਂ ਨੇ ਹੱਥ ਪਾ ਲਏ, ਇੱਕ ਜਣਾ ਇੱਧਰ ਵਾਲੀ ਉਤਾਰਨ ਲੱਗ ਗਿਆ, ਇੱਕ ਜਣਾ ਇੱਧਰ ਵਾਲੀ ਉਤਾਰਨ ਲੱਗ ਗਿਆ। ਹੋਰ ਜੀ, ਫਿਰ ਇੱਕ ਨੇ ਵਾਲੀ ਉਤਾਰ ਕੇ ਜਦੋਂ ਜੇਬ 'ਚ ਪਾਈ, ਉਹ ਜਾਨੂੰ ਇਹ ਗੁੱਡੀ ਦੀ ਅਲਮਾਰੀਆਂ ਅਲਮਾਰੀ ਖੋਲ ਕੇ ਪਰਸ ਖੋਲਣ ਲੱਗ ਗਿਆ। ਦੂਜੇ ਨੇ ਜਦੋਂ ਵਾਲੀ ਖੋਲੀ, ਉਹ ਆਹ ਕੱਪ ਖੋਲਣ ਲੱਗ ਗਿਆ ਰਸੋਈ ਦੇ ਵਿੱਚ। ਜਦੋਂ ਇਹ ਦਲੂ ਗਿਆ ਕੱਪ ਖੋਲਣ ਲੱਗਿਆ, ਮੈਂ ਜਦ ਪੌੜੀ ਭੱਜ ਗਈ ਥੱਲੇ, ਮੈਂ ਗਿਰ ਜਾਣਾ ਸੀ, ਮੈਂ ਥੱਲੇ ਚਲੀ ਗਈ ਤੇ ਦਰਵਾਜ਼ਾ ਖੋਲਣ ਲੱਗੀ, ਉਹ ਕੈੜਾ ਸੀਗਾ ਥੋੜੇ ਦਿਨ ਖੁੱਲਿਆ ਨਾ, ਮੇਰੇ ਮਗਰੇ ਉਹ ਭਾਈ ਭੱਜਿਆ ਫੜ ਕੇ ਮੈਨੂੰ ਫਿਰ ਇਧਰੋਂ ਕਰ ਲਿਆ ਪੌੜੀ ਪਾਉਣ ਨੂੰ, ਕਹਿੰਦੇ ਤੈਨੂੰ ਮਾਰ ਦਾਂਗੇ ਜੇ ਤੈਂ ਰੌਲਾ ਪਾਇਆ। ਜਿਹੜਾ ਦੂਜਾ ਭਾਈ ਜਿਹੜਾ ਪਰਸ ਖੋਲਦਾ ਸੀ, ਉਹਨੇ ਆ ਕੇ ਮੋਟਰਸਾਈਕਲ ਸਟਾਰਟ ਕਰ ਲਿਆ।
ਨਾ ਦੂਜਾ ਫਿਰ ਨਾਲੇ ਚਲੇ ਗਿਆ, ਫਿਰ ਰੌਲਾ ਪਾਇਆ ਮੈਂ, ਮੈਂ ਮਾਰਤਾ ਮੈਨੂੰ ਚਾਲੋ ਮੈਂ ਚੋਰਾਂ ਵਿੱਚ ਚੋਰਾਂ, ਫਿਰ ਇਹ ਚਾਰੇ ਨਿਕਲੇ ਨੇ ਸਾਡੇ ਨਾਲ ਦੇ ਨਿਕਲੇ ਨੇ ਅੰਦਰੋਂ। ਮੈਂ ਇਕੱਲੀ ਸੀ ਉਸ ਟਾਈਮ, ਜੇ ਗੁੱਡੀ ਗਈ ਸੀ ਸਾਢੇ ਚਾਰ ਵਜੇ। ਪੁਲਿਸ ਵਾਲਾ ਕਾਕਾ ਆਇਆ ਸੀ ਜੀ, ਆਹ ਆਏ ਸੀ, ਹਾਂਜੀ ਲਿਖ ਕੇ ਲੈ ਗਿਆ।